ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਜਿਹੜੀ ਹੈਗੀ ਹੈ ਇੱਥੇ ਪਹੁੰਚ ਚੁੱਕੀ ਹੈ ਔਰ ਪਹੁੰਚਣੀ ਸ਼ੁਰੂ ਹੋ ਗਈ ਹੈ। ਜੈਵੀਰ ਸ਼ੇਰਗਿੱਲ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰ ਲੈਂਦੇ। ਜੈਵੀਰ ਸ਼ੇਰਗਿੱਲ ਜੀ, ਅੱਜ ਬੀਜੇਪੀ ਦੇ ਉਮੀਦਵਾਰ ਵਾਸਤੇ ਰੋਡ ਸ਼ੋਅ ਕੱਢਿਆ ਜਾ ਰਿਹਾ, ਅੱਜ ਜੋ ਤੁਹਾਨੂੰ ਮਾਣ ਹੈ ਰਸ਼ ਦੇਖਣ ਨੂੰ ਮਿਲ ਰਿਹਾ ਹੈ, ਉਹ ਪੰਜਾਬ ਦੀ ਬਦਲਦੀ ਹਵਾ ਦਾ ਸੰਦੇਸ਼ ਹੈ। ਅੱਜ ਦਾ ਚੋਣ ਸਿਰਫ ਟ੍ਰੇਲਰ ਹੈ। 2024 ਵਿੱਚ ਗੱਜ ਵੱਜ ਕੇ ਪੰਜਾਬ ਮੌਜੂਦਗੀ ਭਾਜਪਾ ਰਜਿਸਟਰ ਕਰੂਗੀ, ਅਤੇ ਇਹ ਜਿਹੜਾ ਸਾਨੂੰ ਚੋਣ ਹਜੂਮ ਦੇਖਣ ਨੂੰ ਮਿਲ ਰਿਹਾ ਉਹ ਭਾਜਪਾ ਪਾਰਟੀ ਬੱਲੇ ਬੱਲੇ, ਬਾਕੀ ਸਾਰੇ ਥੱਲੇ ਥੱਲੇ। ਮੇਰੇ ਨਾਲ ਸੀਨੀਅਰ ਲੀਡਰ ਵੇਰਕਾ ਸਾਹਿਬ, ਸਾਰੇ ਮੌਜੂਦ ਸੀਨੀਅਰ ਖੜ੍ਹੇ ਆ, ਅਤੇ ਮੈਨੂੰ ਲੱਗਦਾ ਪੰਜਾਬ ਦੀ ਹਵਾ ਹੁਣ ਭਾਜਪਾ ਦੇ ਹੱਕ ਵਿੱਚ ਵਗ ਰਹੀ ਹੈ। ਮਗਰ ਆਪੋਜੀਸ਼ਨ ਪਾਰਟੀਆਂ ਇਹ ਕਹਿ ਰਹੀਆਂ ਬੀਜੇਪੀ ਨੇ ਬੇਰੁਜ਼ਗਾਰੀ ਨੂੰ ਵਧਾਇਆ ਅਤੇ ਮਹਿੰਗਾਈ ਨੂੰ ਵਧਾਇਆ। ਬੇਰੁਜ਼ਗਾਰੀ ਨੂੰ ਵਧਾਉਣ ਵਾਲੀ ਤਾਂ ਭਗਵੰਤ ਮਾਨ ਜੀ ਦੀ ਸਰਕਾਰ ਹੈ, ਕਾਂਗਰਸ ਪਾਰਟੀ ਦੀ ਸਰਕਾਰ ਹੈ। ਭਗਵੰਤ ਮਾਨ ਜੀ ਨੇ ਸਾਰੀ ਰੋਜ਼ਗਾਰ ਤਾਂ ਆਪਣੇ ਪਰਿਵਾਰ 'ਚ ਵੰਡਤੀ ਹੈ, ਕਾਂਗਰਸੀਆਂ ਨੇ ਵੰਡਤੀ ਹੈ। ਭਾਜਪਾ ਘਰ ਘਰ ਕਨੈਕਸ਼ਨ ਪਹੁੰਚਾਉਣ ਦੀ ਗੱਲ ਹੋਵੇ, ਸੜਕਾਂ ਬਣਾਉਣ ਦੀ ਗੱਲ ਹੋਵੇ, ਪੂਰੀ ਮਜ਼ਬੂਤੀ ਨਾਲ ਬੇਰੁਜ਼ਗਾਰੀ ਸਥਿਰ। ਅੱਜ ਹਿੰਦੁਸਤਾਨ 'ਚ ਸਿਰਫ 4% ਹੈ, ਜੋ ਕਦੀ ਕਾਂਗਰਸ ਵੱਲੋਂ ਹੋਇਆ ਹੀ ਨਹੀਂ। ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਥੋੜ੍ਹੀ ਦੇਰ ਪਹਿਲਾਂ ਇੱਥੋਂ ਰੋਡ ਸ਼ੋਅ ਕੱਢਿਆ। ਉਹਨਾਂ ਨੇ ਕਿਹਾ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਤਾ ਦਿਓ, ਪਾਸਵਰਡ ਮੈਂ ਦੇ ਕੇ ਜਾਊਂਗਾ। ਦੇਖੋ, ਭਗਵੰਤ ਮਾਨ ਨੇ ਪਿਛਲੀ ਵਾਰ ਕਿਹਾ ਸੀ ਜਿਤਾ ਦਿਓ, ਜਲੰਧਰ ਨੂੰ ਸਪੋਰਟਸ ਯੂਨੀਵਰਸਿਟੀ ਦੇ ਜੂੰਗਾ। ਯੂਨੀਵਰਸਿਟੀ ਤਾਂ ਦੂਰ ਦੀ ਗੱਲ, ਟੁੱਟੀ ਇੱਟ ਨਹੀਂ ਲੱਗੀ। ਭਗਵੰਤ ਮਾਨ ਹੁਣੀ ਝੂਠਿਆਂ ਦੀ ਫੌਜ ਹੈ ਜੋ ਗੱਪਾਂ ਦੇ ਮੌਜ ਕਰ ਰਹੇ ਆ। ਇਹ ਗੱਲ ਕਰਾਂ, ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਜੋ 107 ਦਿਨ ਦੇ ਕੰਮ ਕੀਤਾ ਉਹ ਲੈ ਕੇ ਜੱਜਾਂ ਦੀ ਅਦਾਲਤ 'ਚ ਜਾ ਰਹੇ ਆ। ਚੰਨੀ ਸਾਹਿਬ, ਵੇਰਕਾ ਸਾਹਿਬ ਬਤਾਏ, ਚੰਨੀ ਸਾਹਿਬ ਦੇ ਇੱਕ ਸ਼ੇਰ ਯਾਦ ਆ ਗਿਆ, ਮੈਂ ਆਪਣੇ ਗੁਨਾਹੋਂ ਕੋ ਕੁਛ ਐਸੇ ਧੋ ਦੇਤਾ ਹੂੰ, ਜਨਤਾ ਕੇ ਸਾਹਮਣੇ ਥੋੜਾ ਸਾ ਰੋ ਦੇਤਾ ਹੂੰ। ਰਾਜਪਾਲ ਵੇਰਕਾ ਸਾਹਿਬ ਨਾਲ ਮੌਜੂਦ ਹੈ, ਰਾਜਪਾਲ ਵੇਰਕਾ ਕੀ ਕਹਿਣਾ ਰੋਡ ਸ਼ੋਅ ਨੂੰ? ਕੋਈ ਨਹੀਂ, ਇਹ ਟੱਕਰ ਮੈਂ ਪੜੋ ਮਤ ਕਿਸ ਚੱਕਰ ਮੈਂ, ਆਹ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਨਾ, ਅੱਜ ਹੀ ਤਾਜ਼ਾ ਖਬਰ ਇਹ ਹੈ ਕਿ 1 ਲੱਖ ਤੋਂ ਵੱਧ ਬੀਜੇਪੀ ਦਾ ਉਮੀਦਵਾਰ ਜਿੱਤੇਗਾ ਔਰ ਸਾਰੀ ਪਾਰਟੀਆਂ ਦੀਆਂ ਜਮਾਨਤਾਂ ਜ਼ਬਤ ਹੋਣੀਆਂ ਔਰ ਲੋਕਾਂ ਨੇ ਮਨ ਬਣਾ ਲਿਆ ਕਿ ਹੁਣ ਬੀਜੇਪੀ ਚਾਹੀਦੀ ਹੈ ਔਰ ਬੀਜੇਪੀ ਆ ਗਈ ਤੁਹਾਡੇ ਸਾਹਮਣੇ। ਰਾਣਾ ਗੁਰਮੀਤ ਸਿੰਘ ਸੋਢੀ ਹੈ ਗੱਲਬਾਤ ਕਰਨੇ। ਰਾਣਾ ਗੁਰਮੀਤ ਸਿੰਘ ਸੋਢੀ ਜੀ, ਅੱਜ ਸੀਨੀਅਰ ਲੀਡਰਸ਼ਿਪ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਦੇ ਵਿੱਚ ਰੋਡ ਸ਼ੋਅ ਕਰ ਰਹੀ ਹੈ। ਇਹ ਅੱਜ ਬੜਾ ਅੱਛਾ ਮਾਹੌਲ ਹੈ, ਜਲੰਧਰ ਵਾਸੀਆਂ ਦਾ ਬੜਾ ਭਰਵਾਂ ਹੁੰਗਾਰਾ ਹੈ ਪਿੰਡਾਂ 'ਚੋਂ ਖਾਸ ਤੌਰ 'ਤੇ, ਅਤੇ ਸ਼ਹਿਰ ਨੇ ਵੀ ਕਮਾਲ ਕਰਤੀ ਹੈ। ਜਿਹੜਾ ਵਰਕਰ ਅੰਦਰ ਬੈਠਾ ਸੀ, ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਸਪੋਰਟ ਕਰਨਾ ਚਾਹੁੰਦਾ ਸੀ, ਅੱਜ ਲੋਕ ਉੱਭਰ ਕੇ ਬਾਹਰ ਨੂੰ ਆਏ ਨੇ। ਜਿਵੇਂ ਮਸ਼ਰੂਮ ਨਹੀਂ ਫੁੱਟਦੇ ਖੁੰਬਾਂ, ਉਵੇਂ ਫੁੱਟ ਕੇ ਬਾਹਰ ਨੂੰ ਆਏ ਨੇ। ਸੋ ਬਹੁਤ ਅੱਛਾ ਮਾਹੌਲ ਹੈ ਔਰ ਅਸੀਂ ਇਲੈਕਸ਼ਨ ਜਿੱਤਾਂਗੇ। ਮਗਰ ਆਪੋਜੀਸ਼ਨ ਪਾਰਟੀਆਂ ਕਹਿ ਰਹੀਆਂ ਬੀਜੇਪੀ ਕਿਸਾਨ ਵਿਰੋਧੀ ਸਿੱਖ ਵਿਰੋਧੀ ਪਾਰਟੀ ਹੈ। ਕੋਈ ਐਸੀ ਗੱਲ ਨਹੀਂ, ਸਾਰੇ ਕਿਸਾਨ ਤਾਂ ਅਸੀਂ ਬੈਠੇ ਹਾਂ ਇੱਥੇ, ਸਾਰੇ ਕਿਸਾਨ ਹੋ ਰਹੇ, ਕਿਸਾਨ ਜਥੇਬੰਦੀਆਂ ਸਾਡੇ ਨਾਲ ਚੱਲੀਆਂ, ਇੱਧਰ ਕਿਸਾਨ ਬੈਠੇ ਨੇ, ਇੱਧਰ ਕਿਸਾਨ ਬੈਠੇ ਨੇ, ਐਵੇਂ ਕਿਸਾਨ ਵਿਰੋਧੀ ਹੈ। ਕਿਸਾਨਾਂ ਦਾ ਤਾਂ ਪਿਆਰ ਇੰਨਾ ਜ਼ਿਆਦਾ ਮਿਲ ਰਿਹਾ ਕਿਸਾਨਾਂ ਦਾ ਕਿ ਲੈ ਰੱਬ ਦਾ ਨਾ ਬਹੁਤ ਪਿਆਰ ਕਰ ਰਹੇ ਨੇ। ਔਰ ਭਾਰਤੀ ਜਨਤਾ ਪਾਰਟੀ ਦਾ ਮਿਸ਼ਨ ਸਾਡੇ ਪ੍ਰਧਾਨ ਮੰਤਰੀ ਜੀ ਦਾ ਕਿ ਕਿਸਾਨਾਂ ਨੂੰ ਉਹ ਤਾਂ ਕਿਵੇਂ ਚੱਕਣਾ ਹੈ, ਕਿਸਾਨਾਂ ਦਾ ਫਾਇਦਾ ਕਿਵੇਂ ਕਰਨਾ ਹੈ, ਕਿਸਾਨਾਂ ਨੂੰ ਸਬਸਿਡੀਆਂ ਕਾਹਦੀਆਂ ਦੇਣੀਆਂ ਨੇ, ਗਰੀਬਾਂ ਦੇ ਮਕਾਨ ਕਿਵੇਂ ਬਣਾਉਣੇ ਨੇ, ਗਰੀਬਾਂ ਦੇ ਇਲਾਜ ਕਿਵੇਂ ਕਰਾਉਣੇ ਨੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਜਿਹੜੀਆਂ ਇੰਨੀਆਂ ਸਕੀਮਾਂ ਨੇ, ਉਹ ਸਾਰੀਆਂ ਭਾਰਤੀ ਜਨਤਾ ਪਾਰਟੀ ਦੀਆਂ ਨੇ। ਜੇ ਗੱਲ ਕਰਾਂ ਆਮ ਆਦਮੀ ਪਾਰਟੀ ਆਪਣਾ ਰਿਪੋਰਟ ਕਾਰਡ ਲੈ ਕੇ ਜਨਤਾ ਦੀ ਅਦਾਲਤ ਵਿੱਚ ਜਾ ਰਹੀ ਹੈ, ਕਾਂਗਰਸ ਆਪਣਾ ਰਿਪੋਰਟ ਕਾਰਡ ਲੈ ਕੇ ਜਾ ਰਹੀ ਹੈ, ਬੀਜੇਪੀ ਕੀ ਲੈ ਕੇ ਜਾ ਰਹੀ ਹੈ? ਕਾਰਡ ਹੀ ਕਾਰਡ, ਰਿਪੋਰਟ ਉਹਦੇ 'ਚ ਹੈ ਹੀ ਕੋਈ ਨਹੀਂ। ਇਸ ਵੇਲੇ
ਲੋਕਾਂ ਦਾ ਵਿਸ਼ਵਾਸ ਕੇਵਲ ਤੇ ਕੇਵਲ ਭਾਰਤੀ ਜਨਤਾ ਪਾਰਟੀ 'ਚ ਵਿਸ਼ਵਾਸ ਹੈ, ਕਿਸੇ ਹੋਰ ਪਾਰਟੀ 'ਚ ਵਿਸ਼ਵਾਸ ਨਹੀਂ ਹੈਗਾ। ਬੀਜੇਪੀ ਆਪਣਾ ਮੁਕਾਬਲਾ ਕਿੰਨਾ ਦਿੱਤੀ ਹੈ? ਸਾਡਾ ਅਸੀਂ ਕਾਫੀ ਦੇਰ ਚੱਗੇ ਮੁਕਾਬਲਾ ਕੀ ਦੱਸਾਂ ਮੈਂ ਤੁਹਾਨੂੰ। ਗੁਰਮੀਤ ਸੋਢੀ ਜੀ, ਜੇ ਦੇਖੀਏ ਕਿ ਕਾਫੀ ਲੰਬਾ ਸਮਾਂ ਐਮ ਪੀ ਦੇ ਸੀਟ ਦੇ ਉੱਤੇ ਕਾਂਗਰਸ ਦਾ ਰਾਜ ਰਿਹਾ, ਬੀਜੇਪੀ ਦਾ ਕਦੀ ਰਿਹਾ ਨੀ, ਕੀ ਮੰਨਦੇ ਕੀ? ਦੇਖੋ, ਬੀਜੇਪੀ ਕਦੀ ਲੜੀ ਨੀ, ਅਸੀਂ ਮੰਗੀ ਨੀ ਸੀ, ਅੱਜ ਲੜਨ ਲੱਗੇ ਹਾਂ ਤੇ ਲੋਕ ਚਾਹੁੰਦੇ ਨੇ ਵੀ ਅਸੀਂ ਅੱਗੇ ਆਈਏ। ਸੋ ਜੇ ਅੱਗੇ ਕਾਂਗਰਸ ਜਿੱਤੀ ਸੀਗੀ ਉਦੋਂ ਅਕਾਲੀ ਦਲ ਦੇ ਨਾਲ ਮੁਕਾਬਲਾ ਹੋਇਆ, ਉਦੋਂ ਬੀਜੇਪੀ ਦਾ ਕੈਂਡੀਡੇਟ ਨਹੀਂ ਸੀਗਾ। ਹੁਣ ਕਾਂਗਰਸ ਦਾ ਵੀ 9 ਸਾਲ ਦਾ ਰਾਜ ਵੇਖ ਲਿਆ, 9 ਸਾਲ ਦਾ ਕਾਰਿਆਕਾਲ ਚ ਜਿਹੜਾ ਕਾਂਗਰਸ ਦਾ ਸਾਂਸਦ ਸੀਗਾ ਉਹਨੇ ਕੋਈ ਕੰਮ ਹੀ ਨਹੀਂ ਕੀਤਾ। ਹੁਣ ਇਸ ਕਰਕੇ ਲੋਕ ਭਾਰਤੀ ਜਨਤਾ ਪਾਰਟੀ ਤੇ ਸ੍ਰੀ ਨਰਿੰਦਰ ਭਾਈ ਮੋਦੀ ਜੀ ਤੇ ਉਹਨਾਂ ਦੀ ਕ੍ਰੈਡੀਬਿਲਿਟੀ ਦੇ ਕਹਿਣੀ ਕਥਨੀ ਦੇ ਇਸ ਕਰਕੇ ਵੋਟ ਸਾਨੂੰ ਪਾ ਰਹੇ। ਬੀਜੇਪੀ ਇਸ ਵਾਰ ਕੱਲੀ ਚੋਣ ਲੜ ਰਹੀ, ਕਿੰਨਾ ਕੁ ਟਫ ਲੱਗ ਰਿਹਾ? ਹਾਂਜੀ, ਬੀਜੇਪੀ ਇਸ ਵਾਰੀ ਕੱਲੇ ਚੋਣ ਲੜ ਰਹੀ ਹੈ, ਜਿੰਨੀ ਚੋਣ ਕਿੰਨਾ ਕੁ ਟਫ ਲੱਗ ਰਿਹਾ? ਸਾਨੂੰ ਕੱਲੇ ਲੜਨ ਦਾ, ਸਾਨੂੰ ਲੋਕ ਕੱਲੇ ਲੜਨ ਦੀ ਵਜ੍ਹਾ ਕਰਕੇ ਹੀ ਵੋਟ ਪਾ ਰਹੇ ਨੇ ਉਹਨਾਂ ਨੂੰ, ਕਿਉਂਕਿ ਭਾਰਤੀ ਜਨਤਾ ਪਾਰਟੀ ਤੇ ਸਾਰੀਆਂ ਪਾਰਟੀਆਂ ਨਾਲੋਂ ਜ਼ਿਆਦਾ ਵਿਸ਼ਵਾਸ ਹੈ। ਰਾਣਾ ਗੁਰਮੀਤ ਸਿੰਘ ਸੋਢੀ, ਇੱਕ ਵਾਰੀ ਫੇਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ, ਤਸਵੀਰਾਂ ਰਾਮ ਚੌਕ ਦੀਆਂ ਨੇ ਤੇ ਥੋੜੀ ਦੇਰ ਬਾਅਦ ਜਿਹੜਾ ਹੈਗਾ ਰੋਡ ਤੋਂ ਜਿਹੜਾ ਹੈਗਾ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਦੇ ਵਿੱਚ ਜਿਹੜਾ ਕੱਢਿਆ ਜਾਏਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਤਸਵੀਰ ਰਾਮ ਚੌਕ ਦੀਆਂ ਜਿੱਥੇ ਬੀਜੇਪੀ ਦੇ ਲੀਡਰ ਪਹੁੰਚ ਚੁੱਕੇ ਨੇ ਔਰ ਇਸ ਤੋਂ ਬਾਅਦ ਸੀਨੀਅਰ ਲੀਡਰਸ਼ਿਪ ਜਿਹੜੀ ਇੱਥੇ ਪਹੁੰਚਣੀ ਸ਼ੁਰੂ ਹੋ ਜਾਏਗੀ, ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਾਮ ਚੌਕ ਦੀਆਂ ਨੇ, ਤੁਸੀਂ ਦੇਖ ਸਕਦੇ ਹੋ ਤਸਵੀਰਾਂ। ਸਰਬਜੀਤ ਸਿੰਘ ਮੱਕੜ ਸਾਡੇ ਨਾਲ ਮੌਜੂਦ ਹੈ, ਗੱਲਾਂ ਗੱਲਾਂ ਮੱਕੜ ਸਾਹਿਬ, ਅੱਜ ਰੋਡ ਸ਼ੋ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ। ਭਾਰਤੀ ਜਨਤਾ ਪਾਰਟੀ ਨੂੰ ਸ਼ਹਿਰਾਂ 'ਚ ਪਿੰਡਾਂ 'ਚ ਬਹੁਤ ਪਸੰਦ ਕੀਤਾ ਜਾ ਰਿਹਾ, ਬਹੁਤ ਵੱਡਾ ਰੋਡ ਸ਼ੋਅ ਹੋਏਗਾ, ਕਦੀ ਕਿਸੇ ਪਾਰਟੀ ਨੇ ਕੀਤਾ ਨਹੀਂ ਹੋਏਗਾ। ਆਉਣ ਵਾਲੇ ਸਮੇਂ 'ਚ ਇਹ ਸੀਟ ਨੰਬਰ 1 'ਤੇ ਭਾਰਤੀ ਜਨਤਾ ਪਾਰਟੀ ਜਿੱਤੇਗੀ, ਮੈਂ ਵਾਅਦਾ ਕਰਦਾ। ਇਹ ਸੀ ਸਰਬਜੀਤ ਸਿੰਘ ਮੱਕੜ, ਜਿਨ੍ਹਾਂ ਨੇ ਕਿਹਾ ਕਿ ਇਸ ਵਾਰ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਹੈ 1 ਨੰਬਰ 'ਤੇ ਜਿੱਤ ਕੇ ਜਿੱਤ ਹਾਸਿਲ ਕਰੇਗੀ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਥੋੜੀ ਦੇਰ ਬਾਅਦ ਜਿਹੜਾ ਹੈਗਾ ਇਹ ਰੋਡ ਸ਼ੋਅ ਜਿਹੜਾ ਹੈਗਾ ਇੱਥੋਂ ਰਾਮ ਚੌਂਕ ਤੋਂ ਸ਼ੁਰੂ ਹੋ ਜਾਏਗਾ, ਅਲੱਗ ਅਲੱਗ ਜਗ੍ਹਾ ਤੇ ਹੁੰਦਾ ਹੋਇਆ ਜਿਹੜਾ ਇਹ ਰੋਡ ਸ਼ੋਅ ਹੈ ਸ਼ਹੀਦ ਭਗਤ ਸਿੰਘ ਚੌਂਕ ਦੇ ਵਿੱਚ ਸਮਾਪਤ ਹੋਏਗਾ। ਕਾਫੀ ਭਾਰੀ ਮਾਤਰਾ ਦੇ ਵਿੱਚ ਮਹਿਲਾ ਸ਼ਕਤੀ ਪਹੁੰਚੀ ਹੋਈ ਹੈ, ਤਸਵੀਰਾਂ ਤੁਸੀਂ ਦੇਖ ਸਕਦੇ ਹੋ।